ਇੱਕ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਜਦੋਂ ਇਹ ਗੱਡੀ ਇੱਕ ਖੜੀ ਗੱਡੀ ਦੇ ਵਿੱਚ ਜਾ ਵੱਜੀ ਤੇ ਇਹ ਹਾਦਸਾ ਉਸ ਜਗ੍ਹਾ ਤੇ ਹੋਇਆ ਜਿੱਥੇ ਅਕਸਰ ਹੀ ਭੀੜ ਭਾੜ ਰਹਿੰਦੀ ਹੈ। ਇਹ ਸੜਕ ਹਾਦਸਾ ਬਟਾਲਾ ਦੇ ਵਿੱਚ ਬੇਰਿੰਗ ਕਾਲਜ ਦੇ ਨਜ਼ਦੀਕ ਵਾਪਰਿਆ ਜਿੱਥੇ ਸੜਕ ਤੇ ਖੜੀ ਇੱਕ ਗੱਡੀ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆ ਕੇ ਵੱਜੀ ਜਿਸ ਕਾਰਨ ਦੋਵੇਂ ਗੱਡੀਆਂ ਸੜਕ ਤੇ ਹੀ ਪਲਟ ਗਈਆਂ। ਇਸ ਮੌਕੇ ਗੱਡੀ ਦੇ ਮਾਲਕ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਗੱਡੀ ਖੜੀ ਕਰਕੇ ਫੁੱਲ ਬੂਟਿਆਂ ਦੀ ਨਰਸਰੀ ਦੇ ਵਿੱਚੋਂ ਫੁੱਲ ਲੈਣ ਗਿਆ ਸੀ ਤਾਂ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਉਹਨਾਂ ਦੀ ਖੜੀ ਗੱਡੀ ਦੇ ਵਿੱਚ ਆ ਵੱਜੀ ਜਿਸ ਕਾਰਨ ਦੋਵੇਂ ਗੱਡੀਆਂ ਸੜਕ ਵਿਚਕਾਰ ਹੀ ਪਲਟ ਗਈਆਂ। ਪਿੱਛੋਂ ਵੱਜਣ ਵਾਲੀ ਗੱਡੀ ਦਾ ਚਾਲਕ ਤੇਜ਼ ਰਫ਼ਤਾਰ ਗੱਡੀ ਦੇ ਚਾਲਕ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭੇਜਿਆ ਗਿਆ। ਇਸ ਹਾਦਸੇ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ। ਫਿਲਹਾਲ ਮੌਕੇ ਤੇ ਬਟਾਲਾ ਦੀ ਟ੍ਰੈਫਿਕ ਪੁਲਿਸ ਵੀ ਪਹੁੰਚੀ ਅਤੇ ਦੋਵੇਂ ਗੱਡੀਆਂ ਨੂੰ ਸਿੱਧਾ ਕਰਵਾਇਆ। ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ। ਚੰਗੀ ਕਿਸਮ ਇਹ ਸੀ ਕਿ ਉਹ ਅਜੇ ਬਹਿਣ ਤੋਂ 2-4 ਮਿੰਟ ਪਹਿਲਾਂ ਗੱਡੀ ਬੜੀ ਸਪੀਡ ਵਿੱਚ ਆਈ ਆ। ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਗੱਡੀ ਜੋ ਇੰਨੀ ਜ਼ੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ। ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ, ਅਸੀਂ ਇੱਥੇ ਪਹੁੰਚੇ ਹਾਂ। ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਵਾ, ਉਹਦੇ ਸਿਰ 'ਚ ਸੱਟ ਲੱਗੀ ਆ, ਉਹਨੂੰ ਅਸੀਂ ਆਪ ਹੀ ਫਿਰ ਹੋਸਪਿਟਲ ਲੈ ਕੇ ਗਏ ਹਾਂ। ਦੋਨੇ ਦੂਜੀ ਗੱਡੀ ਜਿਹੜੀ ਠੀਕ ਆ ਉਹ ਗੱਡੀ ਠੀਕ ਆ, ਸਹਿ ਸਿੱਧੀ ਖੜੀ ਰਹੀ ਆ, ਪਰ ਦੋਨੋਂ ਪਾਸੇ ਵੱਜ ਕੇ ਘੁੰਮ ਗਈ ਗੱਡੀ ਉਹ। ਅਤੇ ਇਹਨਾਂ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲੋਂ ਟੱਚ ਨਹੀਂ ਕੀਤੀ। ਗੱਡੀ ਪਲਟੀ ਹੋ ਗਈ, ਗੱਡੀ 'ਚ ਬਿਲਕੁਲ ਡੈਮੇਜ ਹੋ ਗਈ ਆ, ਦੂਸਰੀ ਵੀ ਡੈਮੇਜ ਹੋ ਗਈ ਆ। ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ। ਇਕੱਲਾ ਸੀਗਾ, ਉਹਨੂੰ ਪੁੱਛਿਆ ਵੀ ਹੋਇਆ ਕਿ ਉਹਦੇ ਕਹਿਣ ਮੁਤਾਬਕ ਗੱਡੀ 'ਚ ਉਹਨੂੰ ਚਲਾਉਂਦੇ ਨੀਂਦ ਆ ਗਈ ਆ, ਕਹਿੰਦਾ ਉਹ ਨੀਂਦ ਆਉਣ ਕਰਕੇ ਜਿਹੜੇ ਹਾਦਸਾ ਹੋਇਆ। ਇਹ ਹਾਦਸਾ ਇੱਦਾਂ ਹੈ ਵੀ ਸਾਡੀ ਗੱਡੀ ਆ ਉੱਥੇ ਅੰਦਰ ਅਸੀਂ ਫੁੱਲ ਲੈਣ ਗਏ ਹਾਂ ਅਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ, ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਅਤੇ ਪਿੱਛੋਂ ਇਹ ਗੱਡੀ ਬਹੁਤ ਹੀ ਸਪੀਡ 'ਚ ਆਈ ਆ ਅਤੇ ਓਵਰ ਸਪੀਡ ਆਈ ਆ ਅਤੇ ਇਹਨੇ ਟੱਚ ਕਰਕੇ ਅਤੇ ਗੱਡੀ ਨੂੰ ਪਲਟਾ ਕੇ ਅਤੇ ਦੋ ਤਿੰਨ ਆਹ ਸਾਡੀ ਗੱਡੀ ਦੋ ਚੱਕਰ ਖਾ ਕੇ ਡਿੱਗੀ ਆ ਅਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ 'ਤੇ, ਇਹਨੇ ਪਿੱਛੋਂ ਐਡੀ ਜ਼ੋਰ ਦੀ ਵੱਜੀ ਆ। ਪਤਾ ਇਹੀ ਇੱਥੋਂ ਤੱਕ ਹੀ ਅਸੀਂ ਅੰਦਰ ਫੁੱਲ ਖਰੀਦਣ ਡੇ ਸੀ ਅਤੇ ਬਾਹਰ ਆ ਕੇ ਜਦੋਂ ਨਿਕਲੇ ਉਦੋਂ ਵੇਖਿਆ ਆ ਕੇ ਸਾਡੀ ਵੀ ਗੱਡੀ ਪਲਟੀ ਆ, ਉਹਦੇ ਵੀ ਪਲਟੀ ਆ, ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ, ਉਹ ਓਵਰ ਸਪੀਡ ਬਹੁਤ ਜ਼ਿਆਦਾ ਓਵਰ ਸਪੀਡ, 160-170 ਦੀ ਸਪੀਡ 'ਤੇ ਗੱਡੀ, 180 ਦੀ ਸਪੀਡ 'ਤੇ ਗੱਡੀ ਹੋ ਗਈ। ਕੋਈ ਜਾਨੀ ਨੁਕਸਾਨ ਸਾਡਾ ਤਾਂ ਕੋਈ ਵੀ ਵਿੱਚ ਹੈ ਨਹੀਂ, ਅਸੀਂ ਫੁੱਲ ਖਰੀਦ ਰਹੇ ਠੀਕ ਆ। ਉਹ ਮੁੰਡੇ ਦੇ ਸੱਟ ਲੱਗੀ ਆ ਅਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ, ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਦਾਂਗੇ ਅਤੇ ਤੁਸੀਂ ਮੈਨੂੰ ਹੋਸਪਿਟਲ ਲੈ ਜਾਓ। ਅਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹੋਸਪਿਟਲ ਲੈ ਕੇ ਗਿਆ ਹੈ। ਭਾਈ ਅਸੀਂ ਥੋੜ੍ਹਾ ਲੇਟ ਆਏ ਦੱਸਣ, ਪਤਾ ਲੱਗਾ ਵੀ ਜਿਹੜੀ ਆਹ ਗੱਡੀ ਜਿਹੜੀ ਹੈ ਜਲੰਧਰ ਸ਼ਹਿਰ ਤੋਂ ਬਟਾਲੇ ਨੂੰ ਜਾ ਰਹੀ, ਉਹ ਗੱਡੀ ਜਿਹੜੀ ਹੈ ਉਹ ਉੱਥੇ ਖਲੋਤੀ, ਉਹ ਨਰਸਰੀ 'ਚ ਫੁੱਲ ਖਰੀਦ ਰਹੇ ਸੀ ਅਤੇ ਜਦੋਂ ਇਹ ਜਾਨੀ ਦੀ ਝੋਕ ਲੱਗ ਗਈ ਆ, ਇਹ ਥੋੜ੍ਹਾ ਜਿਹਾ ਉਹਦਾ ਸੱਟ ਲੱਗੀ ਇਹਦੇ, ਕੋਈ ਦੱਸਣ ਦੀ ਹਾਲਾਤ ਵੀ ਉਸ ਵੇਲੇ ਇਹਨਾਂ ਨੂੰ ਹਸਪਤਾਲ ਲੈ ਗਏ ਆ ਜਿਹੜੇ ਜਿਹਨਾਂ ਦੀ ਗੱਡੀ ਸੀ ਉਹ ਦੂਜੀ। ਇਹ ਹਾਂਜੀ ਉਹ ਖਲੋਤੀ ਦੇ ਵਿੱਚ ਮਾਰੀ ਆ, ਹਾਂ ਦੋਵੇਂ ਪਲਟੀਆਂ ਦੋਵੇਂ, ਅਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਅਤੇ ਉਹ ਵੀ ਸਿੱਧੀ ਕਰਾ ਕੇ ਚੌਂਕੀ ਘਰਾ ਦਿੱਤੀ ਆਪਣੇ ਉੱਤੇ ਜਾਂ ਨੁਕਸਾਨ ਨਹੀਂ ਕੋਈ ਬਚਾ ਜੇ ਹਾਲੇ।